ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ। ਅੱਜ ਵਿੱਚ ਆਪਾਂ ਗੱਲ ਕਰਨੀ ਹੈ, ਜਿਵੇਂ ਕਿ ਤੁਹਾਨੂੰ ਪਤਾ ਇਸ ਟਾਈਮ ਦੇ ਉੱਤੇ ਜਿਹੜੇ ਰਿਜ਼ਲਟ ਆਉਣੇ ਥੋੜ੍ਹੇ ਫਾਸਟ ਹੋਏ ਨੇਗੇ ਸਪਾਊਸਲ ਓਪਨ ਪਾਪੋਲਰ ਦੇ ਕੇਸਿਸ ਦੇ, ਤਾਂ ਉਸ ਦੇ ਰਿਲੇਟਡ ਕਾਫੀ ਜਿਹੜੇ ਕੁਐਸਚਨਸ ਆਉਂਦੇ ਸੀਗੇ। ਅਤੇ ਬਾਕੀ ਤੁਹਾਨੂੰ ਦੱਸ ਦੇਵਾਂ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈਗੀ ਆ ਡਾਕੂਮੈਂਟ ਦੀ ਰਿਕੁਐਸਟ ਆ ਰਹੀ ਹੈਗੀ, ਬਹੁਤ ਸਾਰੇ ਜਿਹੜੇ ਡਾਕੂਮੈਂਟ ਨੇ ਉਹ ਮੰਗੇ ਜਾ ਰਹੇ ਨੇ, ਉਹਨਾਂ ਡਾਕੂਮੈਂਟਸ ਦੀ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ। ਬਾਕੀ ਤੁਹਾਨੂੰ ਮੈਂ ਇਹ ਚੀਜ਼ ਕਹਿਣਾ ਚਾਹੁੰਦਾਗਾ, ਇਹ ਡਾਕੂਮੈਂਟ ਆਉਣ ਦਾ ਇੱਕੋ ਇੱਕ ਰੀਜ਼ਨ ਹੈਗਾ ਗਾ, ਜਿਵੇਂ ਕਿ ਤੁਹਾਨੂੰ ਪਤਾ ਹੈ ਨਾ, ਕਈ ਫਾਈਲਾਂ ਜਿਹੜੀ ਹੈਗੇ ਨੇ 1.5 ਸਾਲ 2 ਸਾਲ ਹੋ ਗਿਆ ਹੈਗਾ ਜਾਂ ਸਾਲ ਹੋ ਗਿਆ, ਇਸ ਕਰਕੇ ਜਿਹੜੇ ਹੈਗੇ ਐਮਬੈਸੀ ਉਹਨਾਂ ਦਾ ਸਟੇਟਸ ਪਤਾ ਕਰਨ ਲਈ ਜਾਂ ਫਿਰ ਉਹਨਾਂ ਤੋਂ ਕੁਝ ਰਿਕੁਆਇਰਮੈਂਟਸ ਹੁੰਦੀਆਂ ਨੇ, ਜਿਵੇਂ ਵਰਕ ਪਰਮਿਟ ਦੀਆਂ ਅਲੱਗ ਰਿਕੁਆਇਰਮੈਂਟਸ ਹੁੰਦੀਆਂ ਨੇਗੀਆਂ, ਸਟੱਡੀ ਪਰਮਿਟ ਦੀਆਂ ਅਲੱਗ ਰਿਕੁਆਇਰਮੈਂਟਸ ਹੁੰਦੀਆਂ ਨੇ, ਉਹਨਾਂ ਰਿਕੁਆਇਰਮੈਂਟ ਨੂੰ ਵੀ ਮੀਟ ਕਰਦੇ ਨੇ ਇਸ ਟਾਈਮ ਦੇ ਉੱਤੇ ਕਿ ਨਹੀਂ, ਉਸ ਕਰਕੇ ਜਿਹੜੀ ਹੈਗੀ ਡਾਕੂਮੈਂਟ ਦੀ ਰਿਕੁਐਸਟ ਹੈ ਜਿਹੜੀ ਉਹ ਕਰ ਰਹੀ ਹੈਗੀ। ਤਾਂ ਇਹਦੇ ਵਿੱਚ ਮੈਂ ਇਹੀ ਸਭ ਕੁਝ ਡਿਸਕਸ਼ਨ ਕਰੂੰਗਾ, ਕਿਹੜੇ ਕਿਹੜੇ ਡਾਕੂਮੈਂਟਸ ਤੋਂ ਮੰਗੇ ਜਾ ਸਕਦੇ ਨੇ ਨਾ, ਕਿਹੜੇ ਕਿਹੜੇ ਡਾਕੂਮੈਂਟਸ ਤੁਹਾਨੂੰ ਰੈਡੀ ਰੱਖਣੇ ਚਾਹੀਦੇ ਨੇਗੇ। ਤਾਂ ਮੈਂ ਤੁਹਾਨੂੰ ਇਹ ਕਹੂੰਗਾ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਤੱਕ ਜ਼ਰੂਰ ਦੇਖ ਲਿਓ, ਹੋ ਸਕਦਾ ਨੈਕਸਟ ਤੁਹਾਡੀ ਵਾਰੀ ਆ ਜੇ ਤੁਹਾਡੇ ਤੋਂ ਵੀ ਜਿਹੜੇ ਹੈਗੇ ਨੇ ਡਾਕੂਮੈਂਟ ਮੰਗੇ ਜਾ ਸਕਣ ਤੇ ਮੈਡੀਕਲ ਰਿਕੁਐਸਟ ਆ ਜੇ ਤਾਂ ਬੈਟਰੀ ਹੈਗਾ। ਤਾਂ ਹੁਣ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਤੁਹਾਡਾ ਇਹ ਗੱਲ ਕਰੂੰਗਾ ਕਿ ਜਿਨ੍ਹਾਂ ਦੀ ਵਾਈਫ ਦਾ ਜਾਂ ਜਿਨ੍ਹਾਂ ਦੇ ਹਸਬੈਂਡ ਦਾ ਕੈਨੇਡਾ ਦੇ ਵਿੱਚ ਸਟੇਟਸ ਚੇਂਜ ਹੋ ਰਿਹਾਗਾ, ਜੋ ਕਿ ਸਟੱਡੀ ਪਰਮਿਟ ਤੋਂ ਵਰਕ ਪਰਮਿਟ ਦੇ ਉੱਤੇ ਆ ਰਹੇ ਨੇਗੇ, ਉਹਨਾਂ ਲਈ ਕਿਹੜੇ ਕਿਹੜੇ ਡਾਕੂਮੈਂਟ ਦੀ ਜਿਹੜੀ ਰਿਕੁਆਇਰਮੈਂਟ ਹੈ ਕੈਨੇਡੀਅਨ ਐਮਬੈਸੀ ਵੱਲੋਂ ਕੀਤੀ ਜਾ ਸਕਦੀ ਹੈਗੀ। ਪਹਿਲਾਂ ਮੈਂ ਉਹਨੂੰ ਕਹੂੰਗਾ ਕਿ ਕੈਨੇਡੀਅਨ ਕੈਨੇਡਾ ਸਾਈਡ ਤੋਂ ਕਿਹੜੇ ਕਿਹੜੇ ਡਾਕੂਮੈਂਟ ਮੰਗੇ ਜਾਂਦੇ ਨੇਗੇ ਉਹਨਾਂ ਤੋਂ। ਤਾਂ ਤੁਹਾਨੂੰ ਦੱਸ ਦੇਵਾਂ, ਜਿਵੇਂ ਕਿ ਤੁਹਾਨੂੰ ਪਤਾ ਨੌਕ ਬੀ ਲੈਵਲ ਦੀ ਘੱਟੋ ਘੱਟ ਜਿਹੜੀ ਜੌਬ ਹੋਣੀ ਚਾਹੀਦੀ ਹੈ, ਏ ਓ ਬੀ ਲੈਵਲ ਦੀ ਜਿਹੜੀ ਜੌਬ ਹੋਣੀ ਚਾਹੀਦੀ ਹੈ, ਨੌਕ ਇਹਨਾਂ 'ਚੋਂ ਕੋਈ ਵੀ ਹੋਊਗੀ ਚੱਲ ਜੂਗੀ। ਤਾਂ ਉਸ ਰਿਲੇ ਵੀ ਥੋੜ੍ਹੀ ਇੰਪੋਰਟੈਂਟ ਹੈ, ਕੈਨੇਡਾ ਦੇ ਵਿੱਚ ਉਹਦਾ ਸਟੇਟਸ ਜਿਹੜਾ ਉਸ ਤੋਂ ਪੁੱਛਿਆ ਜਾ ਸਕਦਾ। ਫਿਰ ਉਸ ਤੋਂ ਪੇ ਸਟੱਪਸ ਜਿਹੜੀਆਂ ਮੰਗੀਆਂ ਜਾ ਸਕਦੀਆਂ ਨੇਗੀਆਂ, ਹੈ ਨਾ, ਕਿ ਜਿਹੜੀ ਤੁਹਾਡੀ ਨੌਕ ਬੀ ਲੈਵਲ ਦੀ ਜੌਬ ਹੈਗੀ ਆ, ਉਹਦੀਆਂ ਪੇ ਸਟੱਪਸ ਹੈ ਨਾ, ਜਿੰਨੀ ਵੀ ਸੈਲਰੀ ਉਹ ਲੈ ਰਹੇ ਨੇ। ਅਤੇ ਇਸ ਤੋਂ ਬਾਅਦ ਉਹਨਾਂ ਦੇ ਅਕਾਊਂਟ ਦੀ ਸਟੇਟਮੈਂਟ ਮੰਗੀ ਜਾ ਸਕਦੀ ਹੈ ਕਿ ਜਿੱਥੇ ਤੁਸੀਂ ਸਾਨੂੰ ਇਹ ਪੇ ਸਟੱਪਸ ਭੇਜੀਆਂ ਨੇਗੀਆਂ, ਇਹ ਪੇ ਸਟੱਪਸ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਆ ਰਹੀਆਂ ਨੇ ਜਾਂ ਨਹੀਂ ਆ ਰਹੀਆਂ, ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨ ਵਾਸਤੇ ਇਹ 3 ਚੀਜ਼ਾਂ ਦੇ ਜਿਹੜੇ ਪ੍ਰੂਫ ਨੇ ਉਹ ਮੰਗੇ ਜਾ ਸਕਦੇ ਨੇ। ਇਹ ਸਿਰਫ ਜੌਬ ਦੇ ਰਿਲੇਟਡ ਪ੍ਰੂਫ ਨੇ ਕਿ ਉਹ ਜੌਬ ਨੇ ਜਿਹੜੇ ਜੈਨੂਇਨ ਉੱਥੇ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੈਗੇ। ਹੁਣ ਮੈਂ ਤੁਹਾਨੂੰ ਦੱਸ ਦੇਣਾ, ਕਾਫੀ ਜਿਹੜੇ ਲੋਕ ਨੇ ਉਹ ਪੈਸੇ ਦੇ ਕੇ ਜਿਹੜਾ ਹੈਗਾ ਆਪਦਾ ਇਹ ਕੰਮ ਕਰਵਾਉਂਦੇ ਨੇ, 3 ਪੇ ਸਟੱਪ ਲੈ ਲੈਂਦੇ ਨੇ, ਇਸ ਤੋਂ ਬਾਅਦ ਕਹਿੰਦੇ ਨੇ ਵੀ ਚਲੋ ਕੋਈ ਨਾ, ਇਸ ਤੋਂ ਬਾਅਦ ਐਮਬੈਸੀ ਨੇ ਮੰਗਣਾ ਨਹੀਂ ਗਿਆ। ਨਹੀਂ, ਉਹ ਰੀਸੈਂਟ ਜਿਹੜੀਆਂ 3 ਪੇ ਸਟੱਪ ਮੰਗ ਲੈਂਦੇ ਨੇ, ਜੋ ਕਿ ਆਪਾਂ ਨੇ 15 ਦਿਨਾਂ ਦੇ ਵਿੱਚ ਪ੍ਰੋਵਾਈਡ ਕਰਨੀਆਂ ਹੁੰਦੀਆਂ ਨੇਗੀਆਂ। ਤਾਂ ਸੁਣਦਾ ਇਹ ਚੀਜ਼ ਨੂੰ ਭੁੱਲ ਜਾਓ, ਜੇਕਰ ਤੁਸੀਂ ਪੈਸੇ ਦੇ ਕੇ ਕਰਵਾ ਵੀ ਰਹੋ ਤਾਂ ਲਗਭਗ ਤੁਸੀਂ ਉਹਨਾਂ ਨਾਲ ਪੂਰਾ ਪ੍ਰੋਪਰਲੀ ਜਿਹੜੀ ਗੱਲ ਕਰੋਗੇ, ਅੱਗੇ ਸਾਨੂੰ ਜ਼ਰੂਰਤ ਪਊ ਸਾਨੂੰ ਮਿਲਣਗੇ। ਬਟ ਜੇਕਰ ਤੁਹਾਨੂੰ ਜੈਨੂਇਨ ਇੱਕ ਜੌਬ ਮਿਲਦੀ ਹੈ ਤਾਂ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਬੈਟਰ ਹੈਗਾ ਗਾ। ਅਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਨ੍ਹਾਂ ਦਾ ਸਟੇਟਸ ਚੇਂਜ ਹੋ ਚੁੱਕਿਆ ਜਾਏਗਾ, ਫਿਰ ਸਾਰਾ ਕੁਝ ਜਿਹੜਾ ਉਹਨਾਂ ਨੇ ਅਪਡੇਟ ਕਰ ਦਿੱਤਾ ਜਾਂ ਫਿਰ ਕੋਈ ਹੈਗਾ ਸਟੱਡੀ ਪਰਮਿਟ ਤੇ ਹੈਗਾ, ਹੈ ਨਾ, ਤਾਂ ਉਸ ਦੇ ਬਾਰੇ ਤਾਂ ਤੁਹਾਨੂੰ ਦੱਸ ਦੇਵਾਂ ਕਿ ਕਈ ਵਾਰ ਜੋ ਸਟੱਡੀ ਪਰਮਿਟ ਤੇ ਜੇਕਰ ਵਾਈਫ ਹੋਵੇ, ਹੈ ਨਾ, ਜਾਂ ਹਸਬੈਂਡ ਉੱਧਰ ਹੋਵੇ, ਤਾਂ ਉਹਨਾਂ ਦਾ ਕਾਲਜ ਦਾ ਇਨਰੋਲਮੈਂਟ ਲੈਟਰ ਹੈ ਜਿਹੜਾ ਉਹ ਰਿਕੁਐਸਟ ਕੀਤਾ ਜਾ ਸਕਦਾ ਗਾ। ਖਾਸ ਕਰਕੇ ਸਟੱਡੀ ਵਾਲਿਆਂ ਵਾਸਤੇ ਇਹੀ ਜਿਹੜੀ ਇੱਕ ਰਿਕੁਆਇਰਮੈਂਟ ਉਹਨਾਂ ਦੀ ਆਉਂਦੀ ਹੈਗੀ, ਉਹਨਾਂ ਦਾ ਇਨਰੋਲਮੈਂਟ ਲੈਟਰ ਹੈ ਜਾਂ ਟਰਾਂਸਕ੍ਰਿਪਟ ਉਹਨਾਂ ਤੋਂ ਮੰਗੀ ਜਾ ਸਕਦੀ ਹੈ। ਇਸ ਤੋਂ ਇਲਾਵਾ ਲਗਭਗ ਕੋਈ ਹੋਰ ਡਾਕੂਮੈਂਟ ਜਿਹੜਾ ਨਹੀਂ ਮੰਗਿਆ ਜਾ ਸਕਦਾ, ਉਸ ਦੇ ਰਿਲੇਟਡ ਜਿਹੜੇ ਹੋਰ ਡਾਕੂਮੈਂਟ ਨੇ ਉਹ ਵੀ ਮੰਗੇ ਜਾ ਸਕਦੇ ਨੇ। ਬਾਕੀ ਤੁਹਾਨੂੰ ਮੈਂ ਕਹੂੰਗਾ, ਤੁਹਾਡਾ ਕੋਈ ਵੀ ਸਟੇਟਸ ਹੋਵੇ, ਤੁਸੀਂ ਕਿਸ ਵੀ ਕੰਡੀਸ਼ਨ 'ਚ ਹੋਵੋ, ਤੁਹਾਡੇ ਲਈ ਇਹ ਸਾਰੇ ਡਾਕੂਮੈਂਟ ਜਿਹੜੇ ਰੈਡੀ ਤੁਹਾਡੇ ਲਈ ਹੋਣੇ ਚਾਹੀਦੇ ਨੇ, ਤੁਹਾਡੇ ਲਈ ਬਹੁਤ ਜ਼ਿਆਦਾ ਜਿਹੜਾ ਇੰਪੋਰਟੈਂਟ ਹੈਗਾ ਗਾ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਕਿ ਕੋਈ ਵੀ, ਚਲੋ ਸਟੇਟਸ ਨਹੀਂ ਚੇਂਜ ਹੋਇਆ, ਮੰਨ ਲਓ ਕੁਝ ਵੀ ਨਹੀਂ ਹੋਇਆ ਜਾਂ ਸਟੇਟਸ ਚੇਂਜ ਹੋ ਗਿਆ, ਫਿਰ ਵੀ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਤੁਹਾਨੂੰ ਮੰਗੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਦੱਸ ਦਵਾਂ, ਬੋਥ ਸਾਈਡ ਜਿਹੜੀ ਸਟੇਟਮੈਂਟ ਮੰਗੀ ਜਾ ਸਕਦੀ ਹੈ 6 ਮੰਥ ਜਾਂ 3 ਮੰਥ, ਲਗਭਗ ਕੇਸਿਸ ਦੇ ਵਿੱਚ 3 ਮੰਥ ਦੀ ਮੰਗੀ ਜਾਂਦੀ ਹੈਗੀ, ਬਟ ਹੋ ਸਕਦਾ 6 ਮੰਥ ਦੀ ਮੰਗੀ ਜਾਵੇ। ਤਾਂ ਉਸ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਉਸ ਦੇ ਵਿੱਚ ਜੇ ਵੇਕਰ ਤੁਹਾਡੀ ਕੋਈ ਜ਼ਿਆਦਾ ਵੱਡੀ ਅਮਾਊਂਟ ਜਿਹੜੀ ਅਕਾਊਂਟ ਦੇ ਵਿੱਚ ਆਈ ਹੋਈ ਹੈਗੀ, ਜਿਵੇਂ ਕਿ 50,000+ ਜਾਂ 50,000 ਦੀ ਅਮਾਊਂਟ ਆਈ ਹੋਈ ਆ, ਤਾਂ ਉਹਦਾ ਸਿਰਲੇ ਪ੍ਰੂਫ ਹੋਣਾ ਚਾਹੀਦਾ ਹੈਗਾ ਕਿ ਅਮਾਊਂਟ ਜਿਹੜੀ ਕਿੱਥੋਂ ਆਈ ਹੈਗੀ, ਹੈ ਨਾ, ਕਿਹਨੇ ਪਵਾਈ ਹੈ, ਕਿਸ ਪਰਪਸ ਲਈ ਜਿਹੜੀ ਅਮਾਊਂਟ ਹੈ ਲਈ ਗਈ ਹੈਗੀ। ਅਤੇ ਕੈਨੇਡਾ ਸਾਈਡ ਤੋਂ ਜਿਹੜੀ ਸਟੇਟਮੈਂਟ ਮੰਗੀ ਹੈ ਤਾਂ ਉਸ ਦੇ ਵਿੱਚ ਵੀ ਜਿਹੜਾ ਸੇਮ ਹੀ ਜਿਹੜੀ ਚੀਜ਼ ਰਹਿੰਦੀ ਹੈਗੀ, ਬਟ ਉਹ ਖਾਸ ਕਰਕੇ ਉਹਨਾਂ ਦਾ ਅਕਾਊਂਟ ਚੈੱਕ ਕਰਨ ਵਾਸਤੇ ਕੀਤੀ ਜਾਂਦੀ ਵੀ ਕਿੰਨਾ ਬੈਲੈਂਸ ਜਿਹੜਾ ਉਹਨਾਂ ਲਈ ਹੈਗਾ ਗਾ। ਤਾਂ ਤੁਹਾਨੂੰ ਕਹੂੰਗਾ ਇਸ ਚੀਜ਼ ਦਾ ਤੁਹਾਡੇ ਲਈ ਪ੍ਰੂਫ ਹੋਣਾ ਚਾਹੀਦਾ ਕਿ ਤੁਹਾਡੇ ਜਿਹੜੀ ਇਨਕਮ ਆ ਉਹ ਕਿੱਥੋਂ ਆਈ ਹੈ, ਜੇਕਰ ਤੁਹਾਡੀ ਬਹੁਤ ਜ਼ਿਆਦਾ ਵੱਡੀ ਇੱਕ ਰਕਮ ਜਿਹੜੀ ਅਕਾਊਂਟ ਦੇ ਵਿੱਚ ਆਈ ਹੋਵੇ, ਬਾਕੀ 10-15,000 ਇੱਧਰ ਉੱਧਰ ਹੋਇਆ ਹੋਵੇ, ਉਹਦਾ ਕੋਈ ਵੀ ਜਿਹੜੀ ਪ੍ਰੋਬਲਮ ਜਿਹੜੀ ਨਹੀਂ ਆਉਂਦੀ ਹੈਗੀ। ਇਸ ਤੋਂ ਬਾਅਦ ਆਪਾਂ ਗੱਲ ਕਰ ਦਿੰਦੇ ਹਾਂ ਕਿ ITR ਉੱਥੋਂ ਮੰਗੀ ਜਾ ਸਕਦੀ ਹੈ, ਤੁਹਾਡੇ ਜਿਹੜੇ ਇਨਕਮ ਦੇ ਪ੍ਰੂਫ ਨੇ ਉਸ ਉੱਥੋਂ ਮੰਗੇ ਜਾ ਸਕਦੇ ਨੇ। ITR ਜਿਵੇਂ ਕਿ ਤੁਹਾਨੂੰ ਪਤਾ ਹਰ ਸਾਲ ITR ਭਰੀ ਜਾਂਦੀ ਹੈ ਨਾ, ਮਾਰਚ ਦੇ ਮੰਥ ਤੋਂ ਜਿਹੜੀ ਫਿਲ ਹੋਣੀ ਸ਼ੁਰੂ ਹੋ ਜਾਂਦੀ ਹੈ, ਲਾਸਟ ਵੀ ਹੁਣ ਲੰਘ ਕੇ ਅੱਡੀ ਹੈਗੀ। ਤਾਂ ਮੈਂ ਤੁਹਾਨੂੰ ਕਹੂੰਗਾ
ਇੱਕ ਹੋਰ ਗੱਲ, ਪੀਸੀਸੀ ਤੋਂ ਮੰਗੀ ਜਾ ਸਕਦੀ ਹੈਗੀ, ਕੈਨੇਡੀਅਨ ਅੰਬੈਸੀ ਜਿਹੜੀ ਪੀਸੀਸੀ ਵੀ ਮੰਗ ਲੈਂਦੀ ਹੈਗੀ, ਪੁਲਿਸ ਕਲੀਅਰੈਂਸ ਸਰਟੀਫਿਕੇਟ ਜੋ ਕਿ ਕਈ ਵਾਰ ਚੰਡੀਗੜ੍ਹ ਵਾਲਾ ਵੀ ਮੰਗ ਲੈਂਦੀ ਹੈ, ਕਈ ਵਾਰ ਤੁਹਾਡੇ ਜ਼ਿਲ੍ਹੇ ਦਾ ਜਾਂ ਤੁਹਾਡੀ ਤਹਿਸੀਲ ਤੋਂ ਵੀ ਬਣ ਜਾਂਦਾ, ਉਹ ਵੀ ਤੁਸੀਂ ਪ੍ਰੋਵਾਈਡ ਜਿਹੜਾ ਕਰ ਸਕਦੇ ਹੋ। ਲਗਭਗ ਜਿਹੜਾ ਹੈਗਾ ਅੰਬੈਸੀ ਲਈ ਆ ਉਹ ਚੰਡੀਗੜ੍ਹ ਤੋਂ ਚੱਲਦਾ, ਤੁਸੀਂ ਉਹ ਵੀ ਜੇ ਲਗਾ ਸਕਦੇ ਹੋ। ਕਈ ਵਾਰ ਫਾਈਲ 'ਚ ਪਹਿਲਾਂ ਵੀ ਲਾਉਂਦੇ ਨੇ, ਬਟ ਬਹੁਤ ਘੱਟ ਲੋਕਾਂ ਤੋਂ ਜਿਹੜੀ ਪੀਸੀਸੀ ਮੰਗੀ ਜਾਂਦੀ ਆ। ਇਹ ਨਹੀਂ ਹੈਗਾ ਕਿ ਤੁਹਾਡੇ ਤੋਂ ਮੰਗੀ ਜਾਊਗੀ ਜਾਂ ਨਹੀਂ ਮੰਗੀ ਜਾਊਗੀ, ਬਿਲਕੁਲ ਵੀ ਨਹੀਂ। ਹੋ ਸਕਦਾ ਕਿ ਤੁਹਾਡੇ ਤੋਂ ਇਹਦੇ ਚਾਂਸ ਜਿਹੜੇ ਹੈਗੇ ਨੇ 1 ਤੋਂ 2% ਹੀ ਨੇਗੇ, ਲਗਭਗ ਕੇਸਿਸ ਦੇ ਵਿੱਚ ਮੰਗੀ ਨਹੀਂ ਜਾਂਦੀ ਹੈਗੀ। ਤਾਂ ਬਾਕੀ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਤੁਸੀਂ ਡਾਕੂਮੈਂਟ ਅਪਡੇਟ ਕਰਵਾਤੇ ਨੇਗੇ ਤਾਂ ਵੀ ਤੁਹਾਨੂੰ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਕਿ ਡਾਕੂਮੈਂਟ ਅਪਡੇਟ ਹੋ ਗਏ ਨੇ, ਬਸ ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ। ਡਾਕੂਮੈਂਟ ਅਪਡੇਟ ਹੋਣ ਤੋਂ ਬਾਅਦ ਵੀ ਕਾਫੀ ਜਣਿਆਂ ਨੂੰ ਜਿਹੜੀ ਹੈਗੀ ਆ ਡਾਕੂਮੈਂਟਸ ਦੀ ਰਿਕੁਐਸਟ ਆ ਰਹੀ ਆ। ਅੱਜ ਮੈਂ ਲਗਭਗ 5-7 ਬੰਦੇ ਮੈਨੂੰ ਇਹੋ ਜਿਹੇ ਮੈਸੇਜ ਕਰ ਰਹੇ ਨੇ ਵੀਰ ਕਿ ਸਾਨੂੰ ਜਿਹੜੀ ਹੈਗੀ ਆ ਡਾਕੂਮੈਂਟ ਦੀ ਰਿਕੁਐਸਟ ਆ ਰਹੀ ਹੈ, ਸਾਤੋਂ ਆਹ ਚੀਜ਼ਾਂ ਮੰਗੀ ਗਈਆਂ ਨੇ, ਆਹ ਚੀਜ਼ਾਂ ਮੰਗੀ ਗਈਆਂ ਨੇ। ਇਸ ਲਈ ਮੈਂ ਜਿਹੜੀ ਤੁਹਾਡੇ ਅੱਜ ਵੀਡੀਓ ਬਣਾ ਰਿਹਾ ਉਹ ਕਾਫੀ ਲੋਕ ਉਹਨਾਂ 'ਚੋਂ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਡਾਕੂਮੈਂਟ ਸਾਰੇ ਅਪਡੇਟ ਕਰਤੇ, ਸਟੇਟਸ ਚੇਂਜ ਹੋਣ ਦਾ ਸਭ ਕੁਝ ਅਪਡੇਟ ਕਰਤਾ ਸੀਗਾ, ਬਟ ਇਸ ਤੋਂ ਬਾਅਦ ਵੀ ਜਿਹੜੀ ਅੰਬੈਸੀ ਨੇ ਉਹਨਾਂ ਨੂੰ ਡਾਕੂਮੈਂਟ ਦੀ ਰਿਕੁਐਸਟ ਕੀਤੀ ਆ, ਤਾਂ ਪਲੀਜ਼ ਡਾਕੂਮੈਂਟ ਆਪਦੇ ਸਾਰੇ ਰੈਡੀ ਰੱਖੋ। ਬਾਕੀ ਜੇਕਰ ਤੁਹਾਨੂੰ ਮੈਡੀਕਲ ਦੀ ਰਿਕੁਐਸਟ ਆਉਂਦੀ ਹੈ, ਮੈਡੀਕਲ ਦੀ ਰਿਕੁਐਸਟ ਆਉਣ ਤੋਂ ਬਾਅਦ ਮੈਡੀਕਲ ਕਰਵਾਓ, ਅਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਜਿਹੜੀ ਨਹੀਂ ਆਊਗੀ ਜੇਕਰ ਤੁਹਾਡਾ ਮੈਡੀਕਲ ਜਿਹੜਾ ਸਾਰਾ ਸਹੀ ਹੈਗਾ, ਤਾਂ ਮੈਂ ਤੁਹਾਨੂੰ ਇਹੀ ਚੀਜ਼ ਕਹਿਣਾ ਚਾਹੂੰਗਾ ਕਿ ਜੋ ਵੀ ਤੁਹਾਨੂੰ ਡਾਕੂਮੈਂਟ ਦੱਸੇ ਨੇ ਲਗਭਗ ਇਹੀ ਡਾਕੂਮੈਂਟ ਮੰਗੇ ਜਾਂਦੇ ਨੇਗੇ। ਜੇਕਰ ਤੁਹਾਨੂੰ ਕਿਸੇ ਹੋਰ ਤਰ੍ਹਾਂ ਦਾ ਡਾਕੂਮੈਂਟ ਮੰਗਿਆ ਹੈਗਾ, ਤੁਸੀਂ ਉਹ ਵੀ ਜਿਹੜਾ ਹੈਗਾ ਕਮੈਂਟ ਦੇ ਵਿੱਚ ਦੱਸ ਸਕਦੇ ਹੋ, ਜਿਸ ਦੇ ਨਾਲ ਦੂਸਰੇ ਲੋਕਾਂ ਜਿਹੜਾ ਪਤਾ ਲੱਗ ਸਕੇ ਕਿ ਆਹ ਡਾਕੂਮੈਂਟ ਦੀ ਜਿਹੜੀ ਰਿਕੁਆਇਰਮੈਂਟ ਹੈ ਜਿਹੜੀ ਆ ਰਹੀ ਹੈਗੀ। ਤਾਂ ਅੱਜ ਵੀ ਤੁਹਾਡੇ ਨਾਲ ਜਿਹੜੀ ਇਹੀ ਇਨਫੋਰਮੇਸ਼ਨ ਸ਼ੇਅਰ ਕਰਨੀ ਸੀਗੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮੈਂ ਇਸ ਲਈ ਇਹ ਵੀਡੀਓ ਬਣਾਈ ਹੈ ਕਿਉਂਕਿ ਕੱਲ੍ਹ ਨੂੰ ਜਿਹੜੀ ਹੈਗੀ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਾ ਆਵੇ, ਅਤੇ ਤੁਸੀਂ ਕਿਸੇ ਕੰਮ ਦੇ ਵਿੱਚ ਨਾ ਫਸ ਜਾਓ, ਅਤੇ ਤੁਸੀਂ ਐਨ ਮੌਕੇ ਦੇ ਜਿਹੜੇ ਹੈਗੇ ਆਪਦੇ ਸਾਰੇ ਡਾਕੂਮੈਂਟ ਰੈਡੀ ਕਰਵਾਓ, ਕਿਉਂਕਿ ITR ਨੂੰ ਲੈ ਕੇ ਕਾਫੀ ਜਣੇ ਜਿਹੜੀ ਪ੍ਰੋਬਲਮ ਜਿਹੜੀ ਆਉਂਦੀ ਹੈਗੀ। ਤਾਂ ਕਿ ਤੁਸੀਂ ਪੇ ਸਟੱਫ ਦੇ ਬਾਰੇ ਦੱਸਣਾ ਗਾ ਜਾਂ ਫਿਰ ਪੇ ਸਲਿਪਸ ਹੋ ਗਈਆਂ ਜਾਂ ਜੋਬ ਲੈਟਰ ਹੋ ਗਿਆ, ਉਸ ਦੇ ਬਾਰੇ ਤੁਸੀਂ ਦੱਸਣਾ ਗਾ ਕਿ ਜੇਕਰ ਤੁਹਾਨੂੰ ਜੋਬ ਲੈਟਰ ਨਹੀਂ ਆਉਂਦਾ ਹੈਗਾ ਤਾਂ ਜੋਬ ਲੈਟਰ ਦਾ ਜਿਹੜਾ ਇੱਕ ਸੈਂਪਲ ਦੀ ਜਿਹੜੀ ਵੀਡੀਓ ਹੈਗੀ ਉਹ ਵੀ ਤੁਹਾਡੇ ਲਈ ਬਣਾ ਦੂੰਗਾ। ਤਾਂ ਅੱਜ ਵੀ ਤੁਹਾਡੇ ਨਾਲ ਇਹੀ ਸ਼ੇਅਰ ਕਰਨਾ ਸੀਗਾ। ਓਕੇ ਜੀ, ਥੈਂਕ ਯੂ।